मॉनसून आने से पहले पंजाब में बाढ़ आने के खतरे को लेकर सरकार सचेत हो गई है, जिसके चलते जलंधर में भी आज डीसी कमल किशोर यादव ने आज जलंधर जिले में ऐसे समय में प्रभावित होने वाले इलाकों के अफसरों सहित जलंधर के संबंधित विभागों की एक मीटिंग की। इस मौके पर डीसी कमल किशोर यादव ने कहा कि 1 जुलाई से पंजाब में फ्लड सीजन शुरू हो जाता है, इसी के लिए आज जलंधर के नकोदर, फिलौर और शाहकोट के एसडीएम सहित संबंधित विभागों को इसके लिए सही इंतजाम करने को कहा गया है। हर साल असी जिहड़ी फ्लड्स आंदी हैगी, फ्लड सीजन जिहड़ा 1 जुलाई तो शुरू होंदा है, उस दे विच किस तरीके नाल साडे वल्लों प्रिपरेशन कीती जानी है, अगर हड़दी सिचुएशन आंदी है उस टाइम असी किस तरीके नाल रिस्पोंस करांगे, उहदे बारे एक डिटेल जिहड़ा हैगा प्लैन तैयार होंदा, जिहनूं असी फ्लड प्रिपेयरनेस प्लैन कहिंदे हैगे, ਉਹਦੀ ਹੀ ਅੱਜ ਮੁੱਢਲੀ ਜਿਹੜੀ ਹੈਗੀ ਇੱਕ ਮੀਟਿੰਗ ਕੀਤੀ ਗਈ, ਔਰ ਇਹਦੇ ਵਿੱਚ ਸਾਰੇ ਡਿਪਾਰਟਮੈਂਟ ਜਿਹੜੇ ਹੈਗੇ ਉਹਨਾਂ ਨੂੰ ਆਪਣੇ ਆਪਣੇ ਪਲੈਨ ਨੂੰ ਅਪਡੇਟ ਕਰਨ ਲਈ ਕਿਹਾ ਗਿਆ ਹੈਗਾ। ਇਸੀ ਦੇ ਨਾਲ ਨਾਲ ਜਿਹੜਾ ਸਤੂ ਜ਼ਰੀਆ ਦੇ ਨਾਲ ਸਾਡੀ 3 ਤਹਿਸੀਲਾਂ ਲੱਗਦੀ ਹੈਗੀ, ਫਿਲੌਰ, ਨਕੋਦਰ ਅਤੇ ਸ਼ਾਹਕੋਟ, ਉਹਨਾਂ ਦੇ ਜਿਹੜੇ SDM ਸਾਹਿਬਾਨ ਔਰ ਬਾਕੀ ਆਫਿਸਰਸ ਹੈ ਉਹਨਾਂ ਨੂੰ ਜਿਹੜਾ ਹੈਗਾ ਇਹ ਕਿਹਾ ਗਿਆ ਹੈ ਕਿ ਉਹ ਆਪਣੇ ਪਲੈਨਸ ਪੂਰੀ ਤਰੀਕੇ ਨਾਲ ਮੁਕੰਮਲ ਬਣਾਏ। ਜਿਹੜਾ ਡਰੇਨੇਜ ਡਿਪਾਰਟਮੈਂਟ ਹੈ ਉਹਨੂੰ ਇਹ ਕਿਹਾ ਗਿਆ ਹੈ ਕਿ ਉਹ ਆਪਣੇ ਫਲੱਡ ਪ੍ਰੋਟੈਕਸ਼ਨ ਵਰਕਸ ਟਾਈਮਲੀ ਕੰਪਲੀਟ ਕਰਨ, ਔਰ ਜਿਹੜੀ ਡਰੇਨਸ ਦੀ ਸਫਾਈ ਹੋਣੀ ਹੈਗੀ ਉਹਨਾਂ ਨੂੰ ਵੀ ਉਹ ਟਾਈਮਲੀ ਜਿਹੜਾ ਹੈਗਾ ਮੁਕੰਮਲ ਕਰਨ। ਇਸ ਤਰੀਕੇ ਨਾਲ ਕਾਰਪੋਰੇਸ਼ਨ ਵੱਲੋਂ ਆਪਣੇ ਸੀਵਰੇਜ ਦੀ ਜਿਹੜੀ ਸਫਾਈ ਹੈਗੀ ਉਹ ਟਾਈਮ ਸਿਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਇਲਾਵਾ ਵੱਖ ਵੱਖ ਡਿਪਾਰਟਮੈਂਟ ਜਿਹਦੇ ਵਿੱਚ ਹੈਲਥ ਡਿਪਾਰਟਮੈਂਟ ਹੈ, ਫੂਡ ਸਪਲਾਈਜ਼ ਹੈ, ਐਨੀਮਲ ਹਸਬੈਂਡਰੀ ਡਿਪਾਰਟਮੈਂਟ ਹੈ, ਟਰਾਂਸਪੋਰਟ ਡਿਪਾਰਟਮੈਂਟ ਹੈ, ਇਹਨਾਂ ਸਾਰੇ ਡਿਪਾਰਟਮੈਂਟਸ ਨੂੰ ਜਿਹੜਾ ਹੈਗਾ ਇਹ ਕਿਹਾ ਗਿਆ ਹੈ ਕਿ ਉਹ ਜਿਹੜੇ ਵੀ ਫਲੱਡ ਦੇ ਵਿੱਚ ਅਸੀਂ ਸਫੀਸ਼ੀਐਂਟ ਸਟੋਕਸ ਰੱਖਦੇ ਹਾਂ ਵੱਖ ਵੱਖ ਚੀਜ਼ਾਂ ਦੇ। ਜਲੰਧਰ ਸੇ ਅਜਾਦ ਟੀਵੀ ਨਿਊਜ਼ ਕੇ ਲੀਏ ਵਿੱਕੀ ਕੰਬੋਜ਼ ਕੀ ਰਿਪੋਰਟ।